ਦਾ ਸ਼ੇਰ ਪੁੱਤ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਔਰ ਜਿਹੜੇ ਟਿੱਬਿਆਂ ਵਾਲੇ ਇਹਨਾਂ ਪਿੰਡਾਂ ਦੇ ਵਿੱਚ ਬੱਸਾਂ ਤੇ ਸਾਧਨ ਨਹੀਂ ਆਉਂਦੇ ਸੀ ਅੱਜ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸੰਸਕਾਰ ਤੇ ਇਕੱਠ ਦੇਖਣ ਵਾਲਾ ਸੀ ਮੇਲੇ ਨਾਲੋਂ ਵੀ ਵੱਧ ਇਕੱਠ ਸੀ ਸਿੱਧੂ ਮੂਸੇਵਾਲਾ ਦੇ ਅੰਤਮ ਸੰਸਕਾਰ ਤੇ ਅੰਤਮ ਰਸਮਾਂ ਜਦੋਂ ਅਦਾ ਕੀਤੀਆਂ ਜਾ ਰਹੀਆਂ ਸੀ ਲਾਲ ਰੰਗ ਦੀ ਦਸਤਾਰ ਸਜਾਈ ਗਈ ਮਾਂ ਨੇ ਸਿਹਰਾ ਬੰਨਿਆ ਮਾਂ ਨੇ ਅਖੀਰਲੀ ਵਾਰ ਸਿੱਧੂ ਮੂਸੇਵਾਲੇ ਦੇ ਜੂੜਾ ਕੀਤਾ ਔਰ ਉਸ ਤੋਂ ਬਾਅਦ ਫਿਰ ਸਿੱਧੂ ਮੂਸੇਵਾਲੇ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਦੇ ਲਈ ਲਿਜਾਇਆ ਜਾਂਦਾ ਤਾਂ ਫਿਰ ਇਕੱਠ ਦੇਖਣ ਵਾਲਾ ਹੁੰਦਾ ਇਕੱਠ ਦੇਖਣ ਵਾਲਾ ਹੁੰਦਾ ਅਤੇ ਪੈਰ ਰੱਖਣ ਲਈ ਜਗ੍ਹਾ ਵੀ ਨਹੀਂ ਮਿਲਦੀ ਲੋਕ ਸਿੱਧੂ ਮੂਸੇਵਾਲਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਹੋਏ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਕੋਈ ਕੈਨੇਡਾ ਤੋਂ ਆਇਆ ਕੋਈ ਕਿੱਥੋਂ ਆਇਆ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਤਾਂ ਕੋਈ ਕਹਿੰਦਾ ਅਸੀਂ ਰਾਜਸਥਾਨ ਤੋਂ ਆਏ ਹਾਂ ਕੋਈ ਕਹਿੰਦਾ ਕਿ ਅਸੀਂ ਦਿੱਲੀ ਤੋਂ ਆਏ ਹਾਂ ਕੋਈ ਕਹਿੰਦਾ ਉੱਤਰ ਪ੍ਰਦੇਸ਼ ਤੋਂ ਆਏ ਹਾਂ ਕੋਈ ਕਹਿੰਦਾ ਉੱਤਰਾਖੰਡ ਤੋਂ ਆਏ ਹਾਂ ਗੋਲੀਆਂ ਮਾਰਨ ਵਾਲੇ ਇਹ ਜ਼ਰੂਰ ਦੇਖ ਲਿਓ ਤੁਸੀਂ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਏ ਹੋਣੇ ਹੈ ਇਹ ਵੀਡੀਓ ਉਹਨਾਂ ਤੱਕ ਵੀ ਪਹੁੰਚ ਗਏ ਹੋਣੇ ਹੈ ਜਿਹੜੇ ਤੁਹਾਡੇ ਆਕਾਵਾਂ ਨੇ ਤੁਹਾਨੂੰ ਭੇਜਿਆ ਸੀ ਤੁਹਾਨੂੰ ਪੈਸੇ ਦਿੱਤੇ ਜਾਂ ਕੋਈ ਹੋਰ ਲਾਲਚ ਦਿੱਤਾ ਗਿਆ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਵਾਸਤੇ ਤਾਂ ਸਿੱਧੂ ਮੂਸੇਵਾਲਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਿੱਧੂ ਮੂਸੇਵਾਲਾ ਅਮਰ ਹੋ ਗਿਆ ਸਿੱਧੂ ਮੂਸੇਵਾਲਾ ਮਰਿਆ ਨਹੀਂ ਸਿੱਧੂ ਮੂਸੇਵਾਲਾ ਜ਼ੁਬਾਨ 'ਤੇ ਰਹੇਗਾ ਸਿੱਧੂ ਮੂਸੇਵਾਲਾ ਦੇ ਗੀਤ ਇਸੇ ਤਰ੍ਹਾਂ ਵੱਜਦੇ ਰਹਿਣਗੇ ਸਿੱਧੂ ਮੂਸੇਵਾਲਾ ਦਾ ਨਾਂ ਇਸੇ ਤਰ੍ਹਾਂ ਚਮਕਦਾ ਰਹੇਗਾ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਪਰ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਜਿਸਨੇ ਰਾਜ ਕੀਤਾ ਕਰੋੜਾਂ ਲੋਕਾਂ ਦੇ ਦਿਲਾਂ 'ਚ ਉਸ ਨੂੰ ਕੋਈ ਨਹੀਂ ਕੱਢ ਸਕਦਾ ਬੇਸ਼ੱਕ ਮਾਂ ਬਾਪ ਦੇ ਲਈ ਸਭ ਤੋਂ ਔਖੀ ਘੜੀ ਹੈ ਇੱਕ ਪੁੱਤ ਦਾ ਚਲੇ ਜਾਣਾ ਮਾਂ ਪਿਓ ਦੇ ਲਈ ਸਭ ਤੋਂ ਜਿਹੜੀ ਬੁਰੇ ਦੌਰ ਦੀ ਗੱਲ ਕਹੀ ਜਾਵੇ ਤਾਂ ਸਭ ਤੋਂ ਮਾੜੀ ਗੱਲ ਇਹੋ ਹੁੰਦੀ ਹੈ ਕਿ ਮਾਂ ਪਿਓ ਦੇ ਸਾਹਮਣੇ ਜਵਾਨ ਪੁੱਤ ਚਲਾ ਜਾਵੇ ਔਰ ਜਵਾਨ ਪੁੱਤ ਵੀ ਇਕੱਲਾ ਇਕੱਲਾ ਅਤੇ ਜਵਾਨ ਪੁੱਤ ਵੀ ਉਹ ਜਿਹਨੇ ਗਰੀਬੀ 'ਚੋਂ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਆਪਣਾ ਸਿੱਕਾ ਚਲਾਇਆ ਹੋਵੇ ਆਪਣਾ ਨਾ ਚਮਕਾਇਆ ਹੋਵੇ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਦੇ ਲਈ ਸਿੱਧੂ ਮੂਸੇਵਾਲਾ ਨੂੰ ਜਦੋਂ ਲਿਜਾਇਆ ਜਾ ਰਿਹਾ ਹੁਣ ਤੱਕ ਦੀ ਪੂਰੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਤੁਸੀਂ ਕਰ ਸਕਦੇ ਹੋ।